ਪੰਜਾਬ ਵੈਦਾਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਵੱਡੀ ਖਬਰ ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਿਨ ਸਰਕਾਰ ਨੇ ਬਦਲਿਆ ਫੈਸਲਾ ਜੀ ਹਾਂ ਦੋਸਤੋ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਹੋਵੇਗਾ ਕਿਨ ਸਰਕਾਰ ਨੇ ਫੈਸਲਾ ਤਬਦੀਲ ਕਰਨ ਦਾ ਫੈਸਲਾ ਲਾਇਆ ਤੇ ਰਾਜ ਸਭਾ ਮੈਂਬਰ ਵਿਕਰਮਜੀਤ ਦਾ ਸਿੰਘ ਸਾਨੇ ਨੇ ਟਵੀਟਾ ਕਰਕੇ ਇਹ ਜਾਣਕਾਰ ਦਿੱਤੇ ਆ ਤੇ ਉਹਨਾਂ ਨੇ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਸੰਸਦ ਵਿੱਚ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ਤੇ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਕੋਈ ਪਲਾਨ ਨਹੀਂ ਹੈ ਹੁਣ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਨਹੀਂ ਦੇਣਾ ਪਵੇਗਾ ਟੈਸਟ ਜਾਣੋ ਟ੍ਰੈਫਿਕ ਦੇ ਨਵੇਂ ਨਿਯਮਾਂ ਬਾਰੇ ਤਾਂ ਦੋਸਤੋ ਹੁਣ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਖੇਤਰੀ ਟਰਾਂਸਪੋਰਟਾ ਦਫ਼ਤਰ ਯਾਨੀ ਕਿ ਆਰਟੀਓ ਜਾਣ ਅਤੇ ਲੰਬੀਆਂ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਕਿਨ ਸਰਕਾਰ ਨੇ ਡਰਾਈਵਿੰਗ ਦਾ ਲਾਇਸੈਂਸ ਲੈਣ ਦੇ ਲਈ ਨਿਯਮ ਬਹੁਤ ਸਰਲ ਬਣਾ ਦਿੱਤੇ ਹਨ ਤੇ ਡਰਾਈਵਿੰਗ ਦਾ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਸ਼ਰਤਾਂ ਦੇ ਵਿੱਚ ਕੀਤੇ ਗਏ ਬਦਲਾਅ ਦੇ ਅਨੁਸਾਰ ਤੁਹਾਨੂੰ ਹੁਣ ਆਰਟੀਓ ਜਾ ਕੇ ਕਿਸੇ ਵੀ ਤਰ੍ਹਾਂ ਦਾ ਡਰਾਈਵਿੰਗ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ ਇਹ ਇਹ ਦਿਸ਼ਾ ਨਿਰਦੇਸ਼ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਕੋਸ਼ਿਤ ਕੀਤੇ ਗਏ ਹਨ ਤੇ ਇਹ ਬਹੁਤ ਪ੍ਰਭਾਵੀ ਹਨ ਤੇ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹੁਣ ਤਾਨੂੰ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਆਰਟੀਓ ਬੈਚ ਟੈਸਟ ਦੇਣ ਦੇ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੇ ਕੋਈ ਵੀ ਨਾਮਵਰ ਡਰਾਈਵਿੰਗ ਸਖਲਾਈ ਸੰਸਥਾ ਤੁਹਾਨੂੰ ਲਾਇਸੈਂਸ ਦੇ ਲਈ ਰਜਿਸਟਰ ਕਰਨ ਦੀ ਇਜਾਜ਼ਤ ਦੇਵੇਗੀ ਤੇ ਬਿਨੇਕਰ ਸਕੂਲ ਤੋਂ ਇੱਕ ਸਰਟੀਫਿਕੇਟ ਆ ਪ੍ਰਾਪਤ ਕਰਨਗੇ ਤੇ ਜੇਕਰ ਉਹ ਲੋੜੀਂਦੀ ਸਖਲਾਈ ਪੂਰੀ ਕਰਦੇ ਹਨ ਤੇ ਇੱਥੇ ਇਮਤਿਹਾਨ ਪਾਸ ਕਰਦੇ ਹਨ ਤੇ ਇਸ ਸਰਟੀਫਿਕੇਟ ਦੇ ਆਧਾਰ ਤੇ ਬਿਨੇਕਰ ਦਾ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਾਵੇਗਾ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਪੰਜਾਬ ਦੇ ਕਿਸਾਨ ਜਿੱਥੇ ਬੰਨੀਆਂ 10000 ਕਿਸਾਨ ਪਹੁੰਚਣਗੇ ਲਖੀਮਪੁਰ ਯਾਹ ਦੋਸਤੋ 31 ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੀ ਵੱਧਬਾਰ ਨੂੰ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ ਆ ਤੇ ਇਹਦੇ ਦੌਰਾਨ ਫੈਸਲਾ ਲਿਆ ਗਿਆ ਕਿ 18 ਅਗਸਤ ਤੋਂ ਲੈ ਕੇ 20 ਅਗਸਤ ਤੱਕ ਪੰਜਾਬ ਭਾਰਤ ਤੋਂ ਵੱਖ-ਵੱਖ ਜੱਥੇਬੰਦੀਆਂ ਦੇ ਨਾਲ ਸਬੰਧਤ 10000 ਦੇ ਕਰੀਬ ਕਿਸਾਨ ਆਪੋ ਆਪਣੇ ਵਿਕਲਾਂ ਟਰੱਕਾਂ, ਟ੍ਰੇਨਾਂ, ਟਰਾਲੀਆਂ, ਬੱਸਾਂ ਤੇ ਲਖੀਮਪੁਰ ਖੀਰੀ ਪਹੁੰਚਣਗੇ ਉਹਨਾਂ ਨੇ ਕਿਹਾ ਕਿ ਭਾਇਪਾ ਆਗੂ ਦੇ ਖਿਲਾਫ 3 ਦਿਨ ਪੱਕਾ ਮੋਰਚਾ ਖੁੱਲ੍ਹਾ ਜਾਵੇਗਾ ਤੇ ਜਰੂਰ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ ਆਂਗਣਵਾੜੀ ਸਕੀਮਾ ਦੇ ਲਈ ਨਜ਼ਦੀਕੀ ਕੇਂਦਰ ਦੇ ਵਿੱਚ ਆਧਾਰ ਦੀ ਰਜਿਸਟ੍ਰੇਸ਼ਨ ਲਾਜ਼ਮੀ ਸਰਕਾਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਣਿਆ ਦੋਸਤੋ ਸક્ષਮ ਆਂਗਣਵਾੜੀ ਤੇ ਪੋਸ਼ਣ ਦੋ ਨੀਤੀ ਦੇ ਤਹਿਤ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਂਗਣਵਾੜੀ ਸੇਵਾ ਜੋਇਨਾ ਸਾਰੇ ਲਾਪਾਤਰੀਆਂ ਦੇ ਲਈ ਹੈ ਵਸਤਰੇ ਲਾਪਾਤਰੀ ਦੇ ਨਜ਼ਦੀਕੀ ਆਂਗਣਵਾੜੀ ਕੇਂਦਰ ਦੇ ਵਿੱਚ ਆਪਣੀ ਆਧਾਰ ਪਛਾਣ ਦਰਜ ਕਰਵਾਈ ਹੋਵੇ ਤੇ ਇਹ ਜਾਣਕਾਰੀ ਨਿਊਜ਼ ਏਜੰਸੀ ਪੀਟੀਆਈ ਨੇ ਦਿੱਤੀ ਹੈ ਮਹਿਲਾ ਤੇ ਬਾਲ ਵਿਕਾਸ ਸਮ ਭਲਾਈ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਅੰਗਣਵਾੜੀ ਸੇਵਾ ਯੋਜਨਾ ਦੇ ਤਹਿਤ ਲਾਭ ਲੈਣ ਦੇ ਲਈ ਬੱਚੇ ਦਾ ਆਧਾਰ ਕਾਰਡ ਹੋਣਾ ਜ਼ਰੂਰੀ ਨਹੀਂ ਹੈ ਤੇ ਇਸ ਯੋਜਨਾ ਦੇ ਤਹਿਤ ਲਾਭ ਲੈਣ ਦੇ ਲਈ ਨਵਾਲਗ ਬੱਚੇ ਦੀ ਮਾਂ ਦੇ ਆਧਾਰ ਕਾਰਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤੇ ਦੇਸ਼ਾ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਿਸ਼ੂਰ ਲੜਕੀਆਂ ਦੇ ਲਈ ਯੋਜਨਾਮਾ ਲਾਗੂ ਯੋਜਨਾਮੇ ਦੇ ਵਿੱਚ ਅਭੀ ਬੱਚਿਆਂ ਨੂੰ ਆਧਾਰਨਬਰ ਦੀ ਲੋੜ ਹੋਵੇਗੀ ਤੇ 14 ਤੋਂ 18 ਸਾਲ ਦੀ ਉਮਰ ਦੀਆਂ ਕਿਸ਼ੋਰ ਲੜਕੀਆਂ ਨੂੰ ਇਸ ਜੋ ਇਹਨਾਂ ਦੇ ਵਿੱਚ ਸ਼ਾਮਲ ਕਰਨ ਦੀ ਪਹਿਚਾਨ ਕਰਨਾ ਸਬੰਧਤ ਰਾਜਾਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਸੰਸੋਧਿਤ ਆਪੋਸ਼ਨਾ 2 ਜੋ ਇਹਨਾਂ ਦੇ ਤਹਿਤ ਅਸਾਮ ਸਮੇਤ ਉੱਤਰੀ ਪੂਰਬੀ ਰਾਜਾਂ ਦੇ ਵਿੱਚ 14 ਤੋਂ 18 ਸਾਲ ਦੀ ਉਮਰ ਦੀਆਂ ਕਿਸ਼ੋਰ ਲੜਕੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਚੰਡੀਗੜ੍ਹ ਪੀਜੀਆਈ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਮੌੜ ਤੋਂ ਮੁਫਤ ਇਲਾਜ ਸ਼ੁਰੂ ਜੀਹਾਂ ਦੋਸਤੋ ਪੀਜੀਆਈ ਦੇ ਵਿੱਚ ਮੁਫਤ ਇਲਾਜ ਨੂੰ ਲੈ ਕੇ ਆਪ ਦੇ ਵਿਰਤ ਮੰਤਰੀ ਹਰਪਾਲ ਸਿੰਘ ਦੇ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ ਉਨਾ ਦਾ ਕਿ ਉਹਨਾਂ ਨੇ ਕਿਹਾ ਹੈ ਕਿ ਪਜੀ ਦੇ ਵਿੱਚ ਹਲਕੇ ਤੋਂ ਪੰਜਾਬ ਦੇ ਲੋਕਾਂ ਦਾ ਆਇਸ਼ਮਾਨ ਦੇ ਤਹਿਤ ਮੁਫਤ ਇਲਾਜ ਸ਼ੁਰੂ ਹੋ ਜਾਵੇਗਾ ਤੇ ਜਾਣਕਰ ਦਿੰਦਿਆ ਵਿਤਮਨ ਤੇਰਪਾਲ ਸਿੰਘ ਚੀਮਣ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਜੀ ਨੂੰ ਇਲਾਜ ਦੇ ਲਈ ਰਾਸ਼ੀ ਭੇਜ ਦਿੱਤੀ ਗਿਆ ਤੇ ਪੈਸੇ ਨਾ ਮਿਲਣ ਦੇ ਕਾਰਨ ਪਜੀ ਦੇ ਵਿੱਚ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਸਰੀਆ 5000 ਰੁਪਏ ਪ੍ਰਤੀ ਟਨ ਮਹਿੰਗਾ ਸੀਮੈਂਟ ਦੀਆਂ ਕੀਮਤਾਂ ਸਤੈਰ ਜਾਣੂ ਅੱਜ ਦਾ ਰੇਟ ਤਾਂ ਦੋਸਤੋ ਪੰਜਾਬ ਦੇ ਵਿੱਚ ਸਰੀਆ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਤੇ ਲੋਕਲ ਸਰੀਏ ਦੀ ਕੀਮਤ ਵਿੱਚ ਆ ਪੰਜ ਹਜ਼ਾਰ ਦਾ ਵਾਧਾ ਹੋਇਆ ਤੇ ਪਿਛਲੇ ਹਫਤੇ 64000 ਪ੍ਰਤੀ ਟਨ ਵਿਕਣ ਵਾਲੇ ਲੋਕਲਾ ਸਰੀਏ ਦੀ ਕੀਮਤਾ ਵਧ ਬਾਨ ਨੂੰ 69000 ਰੁਪਏ ਤੱਕ ਪਹੁੰਚ ਗਿਆ ਤੇ ਇਸ ਤੋਂ ਇਲਾਵਾ ਬ੍ਰਾਂਡਡ ਸਰੀਏ ਦੀ ਕੀਮਤ 66000 ਰੁਪਏ ਪ੍ਰਤੀ ਟਨ ਤੋਂ ਵਾਰ ਕੇ 71000 ਰੁਪਏ ਪ੍ਰਤੀ ਟਨ ਹੋ ਗਈ ਹੈ ਇਹਦਾ ਮੁੱਖ ਕਾਰਨ ਪੰਜਾਬ ਦੇ ਵਿੱਚ ਪੈਰੀ ਵਾਰਿਸ਼ ਹੈ ਹਾਲਾਂਕਿ ਸੀਮੈਂਟ ਦੀਆਂ ਕੀਮਤਾਂ ਹਲੇ ਵੀ ਸਥਿਰ ਹਨ ਬ੍ਰੇਕਿੰਗ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਮਾਨ ਸਰਕਾਰ ਨੇ ਲਿਆ ਇੱਕ ਹੋਰ ਅਹਿਮ ਫੈਸਲਾ ਮੂੰਗੀ ਦੀ ਸਰਕਾਰੀ ਖਰੀਦ ਦੀ ਵਿਧਾਈ ਤਰੀਕ ਜੀਹਾਂ ਦੋਸਤੋ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ ਤੇ ਕਿਸਾਨਾਂ ਦੀ ਮੰਗ ਮੰਨਦਿਆਂ ਸਰਕਾਰ ਨੇ ਮੂੰਗੀ ਦੀ ਸਰਕਾਰੀ ਖਰੀਦ ਦਾ ਸਮਾਂ ਵਧਾ ਦਿੱਤਾ ਹੈ ਤੇ ਹੁਣ 10 ਅਗਸਤ ਤੱਕ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਪੁੰਜਾ ਸਕਦੇ ਹਨ ਜਿਸ ਬਾਰੇ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਰਾਸ਼ਟਰ ਮੰਡਲ ਖੇਡਾਂ ਜੱਤੂ ਦਾ ਝੰਡਾ ਝਟਣ ਵਾਲੇ ਵਿਕਾਸਾ ਠਾਕੁਰ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਤਾਂ ਦੋਸਤੋ ਬਰਮਿੰਗਮ ਦੇ ਵਿੱਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਚਾਂਦੀ ਦਾ ਤਾਗਮਾ ਜਤਨ ਵਾਲੇ ਬੇਟ ਲੈਫਟਰ ਵਿਕਾਸਾ ਠਾਕੁਰ ਨੂੰ ਪੰਜਾਬ ਸਰਕਾਰ 50 ਲੱਖ ਰੁਪਏ ਦਾ ਇਨਾਮ ਵਜੋਂ ਦੇਵੇਗੀ ਤੇ ਭਗਵਾਨ ਤਮਾਨ ਨਾ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਭਾਰਤ ਦੀ ਤਗਮਾ ਸੂਚੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ 96 ਕਿਲੋ weight lifting ਦੇ ਮੁਕਾਬਲੇ ਵਿੱਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346 ਕਿਲੋਗ੍ਰam ਭਾਰ ਚੱਕਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ ਹੈ ਤੇ ਬਹੁਤ-ਬਹੁਤ ਵਧਾਈਆਂ ਮਿਹਨਤ ਜਾਰੀ ਰੱਖੋ ਪੁਆਇੰਟ ਦੇ ਲਈ ਸ਼ੁਭ ਕਾਮਨਾਵਾਂ ਪੰਜਾਬ ਰੋਡਵੇਜ ਆ ਪਨਬਾਸ ਅਤੇ ਪੀਆਰਟੀਸੀ ਦੇ ਕੱਚੇ ਮਲਾਈਮਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਕੇ ਭੁਖ ਹੜਤਾਲ ਸ਼ੁਰੂ ਜਿਵੇਂ ਦੋਸਤੋ ਆਪਣੀਆਂ ਸਿਵਾਮਾ ਰੈਗੂਲਰ ਕਰਨ ਅਤੇ ਕਿਲੋਮੀਟਰ ਸਕੀਮ ਦੀ ਪ੍ਰਥਾ ਖਤਮ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਚਿਰਾਂ ਤੋਂ ਸੰਘਰਸ਼ ਕਰਦੀ ਆ ਰਹੀ ਪੰਜਾਬ ਰੋਡਵੇਜ ਪਨਬਾਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨਾਂ ਪੰਜਾਬ ਨੇ ਆਪ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਤੇ ਜੂਨੀਅਨ ਨੇ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਵਿੱਚ ਪੱਕਾ ਮੋਰਚਾ ਲਾਉਂਦਿਆਂ ਲੜੀਵਾਰ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਮੰਗਾ ਨਾਮ ਅਨੇ ਜਾਣਤੇ ਉਹਨਾਂ ਨੇ ਇਹ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਲੈ ਜਾਣ ਤੇ ਅਣਮੁੱਥੇ ਸਮੇਂ ਦੀ ਹੜਤਾਲ ਕਰਨ ਦੇ ਲਈ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਫਿਜ਼ੀਕਲ ਟੈਸਟ ਲੈਖਤੀ ਪੇਪਰ ਦੀ ਮੁਫਤ ਤਿਆਰੀ ਸ਼ੁਰੂ ਯਾਨੀ ਦੋਸਤੋ ਪੰਜਾਬ ਸਰਕਾਰ 1 ਨਵੰਬਰ ਤੋਂ 16 ਨਵੰਬਰ 2022 ਤੱਕ ਫਰੋਇ ਪਰ ਵਿਖੇ ਆ ਰਹੀ ਹੋਏ ਦੀ ਭਰਤੀ ਰੈਲੀ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜ਼ੀਕਲ ਟੈਸਟ ਅਤੇ ਲੈਖਤੀ ਪੇਪਰ ਦੀ ਮੁਫਤ ਤਿਆਰੀ ਕਰਵਾਈ ਜਾਵੇਗੀ ਤੇ ਇਹ ਜਾਣਕਾਰੀ ਸੀ ਪਾਈਪ ਕੈਂਪ ਹਕੂਮਤ ਸੰਗ ਬਾੜਾ ਪ੍ਰੋਇਪਰ ਦੇ ਕੈਂਪ ਦੇ ਇੰਚਾਰਜ ਦਵਿੰਦਰਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਖਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ ਪਾਈਪ ਕੈਂਪ ਹਕੂਮਤ ਸੰਗ ਉਵਾਲਾ ਦੇ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਫੌਜ ਵਿੱਚ ਭਰਤੀ ਹੁੰਦੇ ਚਾਹਵਨ ਯੁਵਕਾਂ ਨੂੰ ਦਿੱਤੀ ਜਾਵੇਗੀ ਤੇ ਕੈਂਪ ਵਿੱਚ ਮੁਫਤਾ ਖਾਣਾ ਤੇ ਮੁਫਤਾ ਰਿਹਾਇਸ਼ ਦਾ ਪ੍ਰਬੰਧ ਹੈ ਤੇ ਕੈਂਪ ਵਿੱਚ ਟ੍ਰੇਨਿੰਗ ਲੈਣ ਦੇ ਲਈ ਸਕਰੀਨਿੰਗ 3 ਅਗਸਤ 2022 ਤੋਂ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਜਾਵੇਗੀ ਤੇ ਕੈਂਪ ਵਿੱਚ ਸਕਰੀਨਿੰਗ ਸਮੇਂ ਯੋਗਕ ਰਾਹ ਤੇ ਸਰਟੀਫਿਕੇਟ ਜਾਤੀ ਦੇ ਸਰਟੀਫਿਕੇਟ ਆਧਾਰ ਕਾਰਡ 10ਵੀਂ ਅਤੇ ਪਲੱਸ 2 ਪਾਸ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ ਪਸ਼ੂ ਪਾਲਣ ਮੰਤਰੀ ਵੱਲੋਂ ਲੱਪੀ ਸਕੈਨ ਦੀ ਰੋਕਥਾਮ ਦੇ ਲਈ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਜਾਰੀ ਤਾਂ ਦੋਸਤੋ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੂਬੇ ਦੇ ਪਸ਼ੂਆਂ ਵਿੱਚ ਫੈਲੀ ਲੱਪੀ ਸਕੈਨ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਦੇ ਲਈ ਫੰਡ ਜਾਰੀ ਕਰਨ ਦੀਆਂ ਖਦਾਇਤਾਂ ਤੇ ਫੌਰੀ ਕਾਰਵਾਈ ਕਰਦਿਆ ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਡੇਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਆ ਭੁੱਲਰ ਦੇ ਵੱਲੋਂ ਦਵਾਈਆਂ ਦੀ ਖਰੀਦ ਅਤੇ ਹੋਰ ਨਾਰੋਗਤਾਮ ਦੇ ਜਾਗਰੂਕਤਾ ਗਤੀਵਿਧੀਆਂ ਦੇ ਸਮੂਹ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ਸਰਨੇ ਦਿੱਲੀ ਦੇ ਵਿੱਚ ਹਲਕੀ ਬਾਰਿਸ਼ ਦੇ ਨਾਲ ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਦਿੱਤੀ ਇੱਕ ਖੁਸ਼ਖਬਰੀ। ਜੀ ਆਂ ਦੋਸਤੋ ਪੰਜਾਬ ਤੇ ਦਿੱਲੀ ਦੇ ਵਿੱਚ ਵੱਧਵਾਰ ਨੂੰ ਹੋਈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਹਲਕੀ ਜਹੀ ਰਾਹਤ ਮਿਲੀ ਹੈ। ਪੂਰਬੀ ਅਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਅਤੇ ਮੌਸਮ ਵਿਗਿਆਨੀਆਂ ਨੇ ਕਿ ਪਹਾੜੀਆਂ ਤੋਂ ਹੇਠਾਂ ਵਧ ਰਹੇ ਮੌਨਸੂਨ ਟ੍ਰੌਪ ਦੇ ਕਾਰਨ ਅਗਲੇ 2 ਤੋਂ 3 ਦਿਨਾਂ ਤੱਕ ਦਿੱਲੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮਾ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਵਿੱਚ ਅਗਲੇ 3 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ بارش ਦੀ ਭਵਿੱਖਬਾਣੀ ਕੀਤੀ ਹੈ ਤੇ ਸਕਾਈ ਮੈਟ ਵੈਦਰ ਵਿੱਚ ਮੌਸਮ ਵਿਭਾਗ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਹੈ ਕਿ ਮੌਨਸੂਨ ਟ੍ਰੌਪ ਹਿਮਾਲਿਆ ਦੀਆਂ ਤਹਾਂ ਤੋਂ ਮਦ ਭਾਰਤਵਾਲ ਵੱਧ ਰਿਹਾ ਹੈ ਤੇ ਇਥੋਂ ਲੰਘਦੇ ਅਸੀਂ ਦਿੱਲੀ ਵਿੱਚ ਮੀਂਹ ਪਵੇਗਾ ਸਰਕਾਰ ਜਲਦ ਹੀ ਬੰਦ ਕਰ ਸਕਦੀ ਹੈ ਮੁਫਤ ਰਾਸ਼ਨਾਂ ਯੋਜਨਾ ਜੀਹਾਂ ਦੋਸਤੋ ਹੁਣ ਤੱਕ ਜਿਹੜੇ ਲੋਕ ਕਿਨ ਸਰਕਾਰ ਦੀ ਮੁਫਤ ਰਾਸ਼ਨਾਂ ਯੋਜਨਾ ਦਾ ਲਾਭ ਲੈ ਰਹੇ ਹਨ ਤੇ ਉਹਨਾਂ ਨੂੰ ਅਗਲੇ 2 ਮਹੀਨਿਆਂ ਤੋਂ ਬਾਅਦ ਇਹ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ ਹੈ ਦੇਸ਼ ਦੇ ਵਿੱਚ ਕਰੋਨਾ ਸਥਿਤੀ ਦੇ ਵਿੱਚ ਸੁਧਾਰ ਤੋਂ ਬਾਅਦ ਜਾਦਾ ਖਰਚਾ ਤੇ ਲੋਕਾਂ ਦੇ ਰੋਜ਼ਗਾਰ ਦੇ ਵਿੱਚ ਵਾਧੇ ਦੇ ਕਾਰਨ ਕਿਨ ਸਰਕਾਰ ਇਸ ਸਾਲ ਸਤੰਬਰ ਮਹੀਨੇ ਤੋਂ ਪ੍ਰਧਾਨ ਮੰਤਰੀ ਗਰੀਬ ਕल्याण ਅਨਜੋਈਨਾ ਨੂੰ ਰੋਕ ਸਕਦੀ ਹੈ ਦਰਸਾਲ ਮਾਰਚ 2020 ਦੇ ਵਿੱਚ ਕਿਨ ਸਰਕਾਰ ਨੇ ਕਰੋਨਾ ਮਹਾਮਾਰਥ ਦੇ ਕਾਰਨ ਲੋਕਾਂ ਨੂੰ ਭੋਖ ਮਾਰੀ ਅਤੇ ਰੋਜ਼ਗਾਰ ਦੇ ਨੁਕਸਾਨ ਤੋਂ ਬਚਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਜੋਈਨਾ ਸ਼ੁਰੂ ਕੀਤੇ ਸੀ ਇਸ ਜੋਇਨਾ ਦੇ ਤਹਿਤ ਦੇਸ਼ ਭਰ ਦੇ ਗਰੀਬ ਲਾਪਤਰੀ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਤੇ ਗਰੀਬ ਪਰਿਵਾਰ ਇਸ ਅਜੋਇਨਾ ਦਾ ਲਾਭ ਵੀ ਲੈ ਰਹੇ ਹਨ ਤੇ ਕੇਂਦਰ ਨੇ ਇਸ ਨੂੰ ਕਈ ਵਾਰ ਵਧਾ ਦਿੱਤਾ ਹੈ ਇਸ ਜੋਇਨਾ ਦੀ ਆਖਰੀ ਮਿਤੀ ਸਤੰਬਰ 2022 ਅਤੇ ਅਜਿਹੀ ਸਥਿਤੀ ਦੇ ਵਿੱਚ ਖਰਚਾ ਵਿਭਾਗ ਨੇ ਸਰਕਾਰ ਨੂੰ ਪੀਐਮ ਜੀਕੇਏ ਵਾਈ ਦਾ ਪਿੱਛਾ ਨਾ ਕਰਨ ਦਾ ਸੁਝਾਅ ਦਿੱਤਾ ਹੈ